ਵੱਡਿਆ ਹੁੰਦਿਆਂ ਹੀ ਉਸਦਾ ਵਿਆਹ ਕਰਤਾ, ਟਰੱਕਾਂ ਦੇ ਟਰੱਕ ਭਰ ਕੇ ਦਾਜ ਦੇ ਦਿੱਤੇ। ਮੇਰੇ ਬਾਪੂ ਨੇ ਆਪਣਾ ਨੱਕ ਰੱਖਣ ਲਈ ਟਰੈਕਟਰ ਵੇਚ ਕੇ ਉਹਨਾਂ ਨੂੰ ਮਰੂਤੀ ਕਾਰ ਦਿੱਤੀ। ਉਹਨਾਂ ਦਾ ਵਿਆਹ ਧੂਮ ਧਾਮ ਨਾਲ ਕੀਤਾ। ਫਿਰ ਕੀ, 6 ਮਹੀਨਿਆਂ ਬਾਅਦ ਦਾਸ ਦੇ ਲਾਲਚੀਆਂ ਦੀ ਦਾਸ ਦੀ ਮੰਗ ਵਧਣ ਲੱਗੀ। ਮੈਂ ਕੀ ਕਰਦਾ, ਆੜਤੀਆਂ ਦੇ ਜਾਂਦਾ, ਹੱਥ ਉੱਤ ਬੰਨ ਕੇ ਪੈਸੇ ਲੈ ਕੇ ਆਉਂਦਾ ਤੇ ਉਹਨਾਂ ਦੀ ਦਾਸ ਦੀ ਮੰਗ ਪੂਰੀ ਕਰਦਾ ਰਿਹਾ। ਸਾਡੇ ਸਿਰ ਕਰਜ਼ਾ ਆ ਚੜਿਆ। ਫਿਰ ਕੀ, 6 ਮਹੀਨਿਆਂ ਬਾਅਦ ਦਾਸ ਦੇ ਲਾਲਚੀਆਂ ਨੇ ਮੇਰੀ ਭੈਣ ਨੂੰ ਮਿੱਟੀ ਦਾ ਤੇਲ ਪਾ ਕੇ ਫੂਕਤਾ। ਜਿਹੜਾ ਕੁਝ ਕਰਮਾਂ 'ਚ ਹੁੰਦਾ ਉਹ ਤਾਂ ਹਰ ਹਿੱਲੇ ਭੁਗਤਣਾ ਹੀ ਪੈਂਦਾ। ਹੋਰ ਆਪਾਂ ਕਰ ਵੀ ਕੀ ਸਕਦੇ ਆ? ਮੈਂ ਤਾਂ ਹੀ ਕਹਿਣਾ ਕਿਰਨ ਕੋਰੇ, ਇਸ ਕੁੜੀ ਦਾ ਜੰਮਣ ਤੋਂ ਪਹਿਲਾਂ ਫਾਹਾ ਵਰਦੇ। ਮੈਂ ਨਹੀਂ ਚਾਹੁੰਦਾ ਮੇਰੀ ਇਸ ਅਣ ਜੰਮੀ ਧੀ ਨਾਲ ਇਹੀ ਦਾਜ ਵਾਲੀ ਕਹਾਣੀ ਵਾਪਰੇ। ਕੁੜੀਆਂ ਮੁੰਡਿਆਂ 'ਚ ਫਰਕ ਹੀ ਕੀ ਆ? ਮੈਂ ਇਹ ਪਾਪ ਨਹੀਂ ਕਰ ਸਕਦੀ। ਕਰ ਲੈਣਗੀਆਂ ਕੁੜੀਆਂ ਮੁੰਡਿਆਂ ਦਾ ਮੁਕਾਬਲਾ, ਕੁੜੀਆਂ ਦਾ ਕੁੜੀਆਂ ਹੁੰਦੀਆਂ ਨੇ ਕਿਰਨ ਕੋਰੇ। ਕਿਉਂ ਨਹੀਂ ਕਰ ਸਕਦੀਆਂ, ਕਿਉਂ ਨਹੀਂ ਕਰ ਸਕਦੀਆਂ ਕੁੜੀਆਂ ਮੁੰਡਿਆਂ ਦਾ ਮੁਕਾਬਲਾ? ਆ ਕਿਰਨ ਬੇਦੀ, ਕਲਪਨਾ ਚਾਵਲਾ, ਆ ਕਲਪਨਾ ਚਾਵਲਾ ਤਾਂ ਚੰਦ ਤੱਕ ਪਹੁੰਚ ਗਈ। ਕਿੰਨਾ ਮਾਣ ਹੋਇਆ ਹੋਣਾ ਉਹਦੇ ਮਾਪਿਆਂ ਨੂੰ। ਕਲਪਨਾ ਚਾਵਲਾ, ਕਲਪਨਾ ਚਾਵਲਾ ਲਾਈ ਆ, ਆ 4 ਮਿੰਟ ਚੰਦ ਤੇ ਕੀ ਲਾਈ? ਆ ਹਿੰਦੁਸਤਾਨ ਦੀਆਂ ਔਰਤਾਂ ਦੀ ਹਵਾ ਹੀ ਖਰਾਬ ਹੋਈ ਪਈ ਆ।